animada aí. É, na Gurdip Kaur ਸੀਗਾ 84 ਸਾਲਾਂ ਦੀ ਉਮਰ ਸੀ ਭਾਈ। ਬੀਤੀ ਰਾਤ ਸਾਡੇ ਗਵਾਂਢ ਇੱਕ ਭਈਏ ਰਹਿੰਦੇ ਸੀ, ਭਈਆਂ ਨੇ ਨਾਲੇ ਤੇ ਰੇਪ ਕਰਨ ਦੀ ਕੋਸ਼ਿਸ਼ ਕੀਤੀ, ਨਾਲੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਲੇ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ। ਮਾਰਨ ਤੋਂ ਬਾਅਦ 'ਚ ਸਵੇਰੇ ਸਾਨੂੰ ਪਤਾ ਜਦੋਂ ਲੱਗਾ ਆਪਾਂ ਪੁਲਿਸ ਨੂੰ ਤਲਾਹ ਦਿੱਤੀ, ਪੁਲਿਸ ਨੇ ਆਪਣੀ ਕਾਰਵਾਈ ਕੀਤੀ। ਠੀਕ ਆ ਜੀ ਭਈਆ, ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਰਹਿੰਦੇ ਆ ਉਹਨਾਂ 'ਤੇ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਜਿਹੜੇ ਅੱਗੇ ਲਾਗੇ ਸਾਗੇ ਰਹਿੰਦੇ ਆ ਉਹਨਾਂ ਦੀ ਵੀ ਪੁੱਛਗਿੱਛ ਹੋਣੀ ਚਾਹੀਦੀ ਆ, ਕਿਉਂਕਿ ਕੱਲ੍ਹ ਨੂੰ ਕਿਸੇ ਦੀਆਂ ਮੁੜ ਕੇ ਧੀਆਂ ਭੈਣਾਂ ਜਾਂ ਕਿਸੇ ਨੂੰ ਇਹ ਪ੍ਰੋਬਲਮ ਨਾ ਆਵੇ ਭਾਈ। ਅਸੀਂ ਸਾਨੂੰ ਤਾਂ ਸਵੇਰੇ ਪਤਾ ਲੱਗਾ ਜੀ ਜਦੋਂ ਸਾਡੇ ਬੱਚੇ ਭਰਾ ਮੇਰੇ ਦੇ ਬੱਚੇ ਮਾਤਾ ਨੂੰ ਉਠਾ ਲੈਣ ਵਾਸਤੇ ਗਏ, ਫਿਰ ਦੇਖਿਆ ਉਹਨਾਂ ਨੇ ਜੀ ਮਾਤਾ ਇਕੱਲੇ ਰਹਿੰਦੇ ਸੀ ਜੀ, ਗਲਾ ਘੁੱਟ ਕੇ ਮਾਤਾ ਦੇ ਸੋਲ ਦੇ ਨਾਲ ਹੀ ਗਲਾ ਘੁੱਟ ਕੇ ਮਾਰ ਦਿੱਤਾ। ਪਿੰਡ ਦਾ ਕੋਲ ਹੀ ਝੰਨਾ ਬਜ਼ੁਰਗ ਔਰਤ 84 ਸਾਲ ਉਮਰ ਦੀ ਗੁਰਦੀਪ ਕੌਰ, ਅਤੇ ਉਹਦਾ ਗਲਾ ਘੁੱਟ ਕੇ ਰੇਪ ਕਰਕੇ ਅਤੇ ਉਹਨੂੰ ਬਈਏ ਲੱਗੇ ਰਹਿੰਦੇ ਸੀ। ਬਈਆਂ ਨੇ ਸ਼ਰਾਬ ਪੀ ਕੇ ਅਤੇ ਰਾਤ ਦੇ ਕੰਮ ਕਰਦੇ, ਅਤੇ ਉਹ ਅਰੈਸਟ ਕਰ ਲਿਆ ਬਈਏ ਨੇ, ਪਰਚਾ ਦੇ ਕੇ ਅਤੇ ਦਸ ਪੇਸ਼ ਕੀਤਾ ਜੀ। ਕਹਿੰਦੇ ਇੱਥੇ 10 ਜਣੇ ਇਕੱਠੇ ਵਿੱਚੋਂ ਇੱਕ ਜਣਾ ਜਿਹੜੇ ਕੀਤਾ ਕਰ,